ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਮਨ ਦੀ ਬਾਤ ਤੁੰਦਾ ਸਭਨੇ ਦਾ ਸਵਾਗਤ ਹੈ ਜੇਕਰ ਤੁਸੀਂ ਮੇਰੇ ਕੋਲ ਆ ਪੁੱਛੋ ਜੇ ਜੀਵਨ ਦੇ ਸਭਨੇ ਸਾ ਯਾਦਗਾਰ ਪਲ ਕਿਹਲੇ ਰਹੇ ਤਾਂ ਕਿੰਨੇ ਗਾ ਵਾਕਏ ਚੇਤਾਉਂਦਨ ਪਰ ਇਹਦੇ ਚ ਵੀ ਇੱਕ ਪਲ ਐਸਾ ਹੈ ਜਿਹੜਾ ਬੜਾ ਖਾਸ ਹੈ ਉਹ ਪਲ ਹਾ ਜਿਸਲੇ ਪਿਛਲੇ ਬੜਾ 15 ਨਵੰਬਰ ਦੀ ਮੈਂ ਪਗਵਾਨ ਦਿਰਸਾ ਮੁੰਡਾਉਂ ਦੀ ਜਨਮ ਦਿਨਤੀ ਪਰ ਉੰਦੀ ਜਨਮ ਸਥਲੀ ਝਾਰਖੰਡ ਦੇ ਉਲੀਹਾਤੂ ਗਰਾਜ ਗਿਆ ਹਾ ਇਸ ਯਾਤਰਾ ਪਰ ਮੇਰੇ ਪਰ ਬੜਾ ਬੱਧਾ ਪ੍ਰਭਾਵ ਪਿਆ ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸੇ ਇਸ ਪਵਿੱਤਰ ਤਰਤੇ ਦੀ ਮਿੱਟੀ ਕੀ ਆਪਣੇ ਮੱਥੇ ਕਨੇ ਲਾਣੇ ਦਾ ਸੁਭਾਗ ਮਿਲਿਆ ਉਸ ਪਲ ਮਿਗੀ ਨਾ ਛੜੀ ਸੁਤੰਤਰਤਾ ਸੰਗਰਾਮ ਦੀ ਤਾਕਤ ਮਹਿਸੂਸ ਹੋਈ ਸਗੂਆ ਇਸ ਤਰਤੇ ਦੀ ਸ਼ਕਤੀ ਕਨੇ ਜੁੜਨੇ ਦਾ ਵੀ ਮੌਕਾ ਮਿਲਿਆ ਮਿਗੀ ਇਹ ਅਹਿਸਾਸ ਹੋਆ ਜੇ ਕਿੰਆ ਇਕਤਈਏਗੀ ਪੂਰਾ ਕਰਨੇ ਦੀ ਦਲੇਰੀ ਦੇਸ਼ ਦੇ ਕਰੋੜਾਂ ਵੱਧੇ ਲੋਕਾਂ ਦਾ ਪਾਗ ਬਦਲੀ ਸਕਦੀ ਹੈ ਸਾਥੀਓ ਪਾਰਥ ਚ ਹਰ ਯੁੱਗ ਚ ਕਿਹ ਚੁਣੌਤੀਆਂ ਆਈਆਂ ਤੇ ਹਰ ਯੁੱਗ ਚ ਨੇ ਅਸਧਾਰਨ ਪਾਰਥਵਾਸੀ ਜਨਮੇ ਜਿਨੇ ਏਕੀ ਚੁਣੌਤੀਆਂ ਦਾ ਸਾਹਮਣਾ ਕੀਤਾ ਅਜੇ ਦੀ ਮਨ ਕੀ ਬਾਤ ਚ ਮੈਂ ਦਲੇਰੀ ਤੇ ਦੂਰ ਦ੍ਰਿਸ਼ਟੀ ਰੱਖਣ ਵਾਲੇ ਐਸੇ ਕੇ ਦੰਵ ਮਹਾਨਾਇਕੀ ਦੀ ਚਰਚਾ ਕਰਾਂਗੇ ਇੰਦੀ 150ਵੀਂ ਜਨਮ ਦਿਨਤੀ ਕੀ ਦੇਸ਼ਿਆ ਨੇ ਮਨਾਉਣ ਦਾ ਨਿਸ਼ਚੈ ਕੀਤਾ ਹੈ 31 ਅਕਤੂਬਰ ਥਾ ਸਰਦਾਰ ਪਟੇਲ ਹੁੰਦਾ 150ਵੀਂ ਜਨਮ ਦਿਨਤੀ ਦਾ ਭਰਾ ਸ਼ੁਰੂ ਹੋਗ ਇਹਦੇ ਪ੍ਰੰਤ 15 ਨਵੰਬਰ ਥਾਮਾ ਭਗਵਾਨ ਬਿਰਸਾ ਮੁੰਡਾ ਹੁੰਦਾ 150ਵਾਂ ਜਨਮ ਦਿਨਤੀ ਭਰਾ ਸ਼ੁਰੂ ਹੋਗ ਇਹਨੇ ਦੋਨੇ ਮਹਾਪੁਰਸ਼ੇ ਬਖ ਬਖ ਚੁਣੌਤੀਆਂ ਦਿੱਖੀਆਂ ਪਰ ਦੋਨੇ ਦਾ ਨਜ਼ਰੀਆ ਇਕਿਆ ਹਾ ਦੇਸ਼ਿਆ ਦੀ ਏਕਤਾ ਸਾਥੀਓ ਪਿਛਲੇ ਬਰੇ ਚ ਦੇਸ਼ਿਆ ਨੇ ਐਸੇ ਮਹਾਨ ਨਾਇਕ ਨਾਇਕਾਏ ਦੀ ਜਨਮ ਦਿਨਤੀਆਂ ਕੀ ਨਵੀਂ ਊਰਜਾ ਕਾ ਨੇ ਮਨਾਈਆ ਹੈ नमी पीढ़ी नमी प्रेरणा दी है तुसें च ज अी गांधी जी हों सौ पजावी जन्म जयंती मनाई तक खास हुआ हा। न्यूयॉर्क के टाइम्स स्क्वेयर अफ्रीका के लौके हारे ग्राँ तकर दुनिया के लोक भारत की सच्चाई अहिंसा के संदेश समझ उ उस नौजवाने बजुर्गे तर भारतीय विदेशियों तर हर कुसै ने गांधी जी हमें उपदेशों नमें संदर्भ समझिया, नमी वैश्विक परिस्थितियों च उन्हें की जानिया, असें स्वामी विवेकानंद जी एक सौ पजावी जन्म जयंती मनाई नौजवान ने भारत की आध्यात्मिक सांस्कृतिक शक्ति की नवी च समझिया, इन्हें योजनाएं दवाया जे से महापुरुष ਅਤੀਤ ਚ ਗਵਾਚੀ ਨਹੀਂ ਜਾਂਦੇ ਸਗੂਆਂ ਉਹਦਾ ਜੀਵਨ ਸਾਡੇ ਮੌਜੂਦਾ ਸਮੇਂ ਕੀ ਭਵਿੱਖ ਦੀ ਬਾਤ ਦੱਸਦਾ ਹੈ ਸਾਥੀਓ ਸਰਕਾਰਾਂ ਭਾਵੇਂਗੇ ਇਹਨੇ ਮਹਾਨ ਵਿਫੂਤੀਆਂ ਦੀ 150ਵੀਂ ਜਨਮ ਦਿਨਤੀ ਕੀ ਰਾਸ਼ਟਰੀ ਸਤਰਪਰ ਮਨਾਉਣ ਦਾ ਫੈਸਲਾ ਲੈਂਦਾ ਪਰ ਤੁੰਦੀ ਭਾਗੀਦਾਰੀ ਗੇ ਇਸ ਅਭਿਆਨ ਚ ਜਾਨ ਪਰੋਗ ਇਸੀ ਜੀਵੰਤ ਬਨਾਗ ਮੈਂ ਤੁਸੇ ਕੀ ਸਭਨੇ ਕੀ ਬੇਨਤੀ ਕਰਗਾ ਜੇ ਤੁਸ ਇਸ ਅਭਿਆਨ ਦਾ ਹਿੱਸਾ ਬਣੋ ਲੋਹ ਪੁਰਸ਼ ਸਰਦਾਰ ਪਟੇਲ ਕੰਨਾਂ ਜੁੜੇ ਦੇ ਆਪਣੇ ਵਿਚਾਰ ਤੇ ਕੰਮ #ਸਰਦਾਰ150 ਦੇ ਕੰਨਾਂ ਸਾਂਝੇ ਕਰੋ ਤੇ ਧਰਤੀ ਆਬਾ ਵਿਰਸਾ ਮੁੰਡਾਉਂ ਦੀ ਪ੍ਰੇਰਣਾਏਗੀ #ਵਿਰਸਾਮੁੰਡਾ150 ਦੇ ਕੰਨਾਂ ਦੁਨੀਆ ਦੇ ਸਾਹਮਣੇ ਆਨੋ ਆਓ ਕਿੱਥੇ ਰਲਿਆ ਇਸ ਉਤਸਵ ਦੀ ਪਾਰਵਦੀ ਅਨੇਕਤਾ ਚ ਇਕਤਾ ਦਾ ਉਤਸਵ ਬਣਾ ਚਾ ਹੈ ਇਸੀ ਵਿਰਾਸਤ ਹਮਾ ਵਿਕਾਸ ਦਾ ਉਤਸਵ ਬਣਾ ਚਾ ਹੈ ਮੇਰੇ ਪਿਆਰੇ ਦੇਸ਼ ਵਾਸੀਓ ਤੁਸੀਂ ਕੀ ਉਹ ਦਿਨ ਪੱਕ ਗਏ ਚੇਤੇ ਹੋਂਗਣ ਜਿਸ ਲੈ ਛੋਟਾ ਭੀਮ ਟੀਵੀ ਪਰ ਆਉਣਾ ਸ਼ੁਰੂ ਹੋਆ ਹਾ ਬੱਚੇ ਤੇ ਇਸੀ ਕਦੇ ਭੁੱਲੀ ਨਹੀਂ ਸਕਦੇ ਕਿੰਨਾ ਰੋਮਾਂਚ ਹਾ ਛੋਟਾ ਭੀਮ ਦੀ ਲਈ ਹੈ ਤੁਸੀਂ ਕੀ ਅਰਾਂ ਯੋਗ ਜੇ ਅੱਜ ਢੋਲਕਪੁਰ ਦਾ ਢੋਲ ਛੜਾ ਭਾਰਤ ਜਗ੍ਹਾ ਨਹੀਂ ਸਗੁਆ ਦੂਗੇ ਦੇਸ਼ਾਂ ਦੇ ਬੱਚੇ ਕੀ ਵੀ ਮਤਾ ਆਕਰਸ਼ਿਤ ਕਰਦਾ ਹੈ ਇਸ ਸੇ ਚੱਲੀ 2.5 ਐਨੀਮੇਟਿਡ ਧਾਰਾਵਾਹਿਕ ਕ੍ਰਿਸ਼ਨਾ ਹਨੂਮਾਨ ਮੋਟੂ ਪਤਲੂ ਦੇ ਚਾਣੇ ਵਾਲੇ ਵੀ ਦੁਨੀਆ ਪਰ ਐਚਨਾ ਭਾਰਤ ਦੇ ਐਨੀਮੇਸ਼ਨ ਕਰੈਕਟਰ ਇਥੋਂ ਦੀ ਐਨੀਮੇਸ਼ਨ ਫਿਲਮਾਂ ਆਪਣੇ ਕੰਟੈਂਟ ਤੇ ਰਚਨਾਤਮਕਤਾ ਦੀ ਵਜ੍ਹਾ ਕਰੀ ਦੁਨੀਆ ਪਰ ਐਚ ਪਸੰਦ ਕੀਤੀਆਂ ਜਾ ਕਰਦੀਆਂ ਤੁਸੀਂ ਦੇਖਿਆ ਹੋਊਗਾ ਜੇ smartphones ਥਮਾ ਲਈ ਹੈ cinema screen ਤੱਕ ਕਰ gaming console ਥਮਾ ਲਈ ਹੈ virtual reality ਤੱਕ ਕਰ ਐਨੀਮੇਸ਼ਨ ਹਰ ਜਗ੍ਹਾ ਮੌਜੂਦ ਹੈ ਐਨੀਮੇਸ਼ਨ ਦੀ ਦੁਨੀਆ ਚ ਭਾਰਤ ਨਵੀਂ ਕ੍ਰਾਂਤੀ ਆਉਣਨੇ ਦੀ ਬੱਤੇ ਪਰ ਹੈ ਭਾਰਤ ਦੇ ਗੇਮਿੰਗ ਸਪੇਸ ਦਾ ਵੀ ਤੇਜ਼ੀਆ ਕਨੇ ਵਿਸਤਾਰ ਹੋਆ ਕਰਤਾ ਹੈ ਇੰਡੀਅਨ ਗੇਮਸ ਵੀ ਇਨੇ ਦਿਨੇ ਦੁਨੀਆ ਪਰ ਐਚ ਲੋਕਪ੍ਰੀਆ ਹੋਆ ਕਰਦੇ ਨੇ ਕਸ਼ਮੀ ਨੇ ਪਹਿਲਾ ਮੈਂ ਭਾਰਤ ਦੇ ਅਗਵਾ ਗੇਮਰਸ ਕਨੇ ਮਲਾਕੀ ਕੀਤੀ ਤਦੂਮਿਗੀ ਇੰਡੀਅਨ ਗੇਮਸ ਦੀ ਗਜ਼ਬ ਦੀ ਰਚਨਾਤਮਕਤਾ ਤੇ ਗੁਣਵੱਤਾ ਕੀ ਜਾਣਨੇ ਸਮਝਨੇ ਦਾ ਮੌਕਾ ਮਿਲਿਆ ਹਾ ਵਾਕਈ ਕਿਸੇ ਅਚਰਿਤ ਰਚਨਾਤਮਕ ਊਰਜਾ ਦੀ ਇੱਕ ਲਹਿਰ ਚਲਾ ਕਰਦੀ ਹੈ ਐਨੀਮੇਸ਼ਨ ਦੀ ਦੁਨੀਆ ਚ ਮੇਡ ਇਨ ਇੰਡੀਆ ਤੇ ਮੇਡ ਬਾਏ ਇੰਡੀਅਨਸ ਛਾਇਦਾ ਹੈ ਤੁਸੀਂ ਕੀ ਜਾਣੀਆਂ ਖੁਸ਼ੀ ਹੋਗੇ ਜੇ ਅੱਜ ਭਾਰਤ ਦੇ ਹੁਨਰ ਵਿਦੇਸ਼ੀ ਪ੍ਰੋਡਕਸ਼ਨ ਦਾ ਵੀ ਐਮ ਇਸਾ ਬਣਾ ਕਰਦੇ ਨੇ ਉਨਿਆਲੀ ਸਪਾਈਡਰਮੈਨ ਹੋਇਆ ਜਾਂ ਟ੍ਰਾਂਸਫਾਰਮਰਸ ਇਹਨਾਂ ਦੋਨੇ ਫਿਲਮੇ ਚ ਹਰੀ ਨਾਰਾਇਣ ਰਾਜੀਵ ਉਹਦੇ ਯੋਗਦਾਨ ਕੀ ਲੋਕੇ ਮਤਾ ਸਰਾਇਆ ਹੈ ਪਾਰਦੇ ਐਨੀਮੇਸ਼ਨ ਸਟੂਡੀਓਜ਼ ਡਿਜ਼ਨੀ ਦੋ ਵਾਰਨਰਸ ਬ੍ਰਦਰਸ ਨੇ ਇਹ ਦੁਨੀਆ ਦੀ ਮੰਨੀ ਪਰਮੰਨੀ ਦੀ ਪ੍ਰੋਡਕਸ਼ਨ ਕੰਪਨੀਆਂ ਕਰਨੇ ਕੰਮ ਕਰਿਆ ਕਰਦੇ ਨੇ ਸਾਥੀਓ ਅੱਜ ਸਾਡੇ ਨੌਜਵਾਨ ओरिजिनल ਇੰਡੀਅਨ ਕੰਟੈਂਟ ਜਿਹਦੇ ਚ ਸਾਡੀ ਸੰਸਕ੍ਰਿਤੀ ਦੀ ਝਲਕ ਹੁੰਦੀ ਹੈ ਉਹ ਤਿਆਰ ਕਰਿਆ ਕਰਦੇ ਨੇ ਇਹਨੇ ਕੀ ਦੁਨੀਆ ਭਰਾਂ ਚ ਦਿਖਿਆ ਜਾ ਕਰਦਾ ਹੈ ਐਨੀਮੇਸ਼ਨ ਸੈਕਟਰ ਅੱਜ ਇੱਕ ਐਸੇ ਉਦਯੋਗ ਦਾ ਰੂਪ ਲੈ ਚੁੱਕੇ ਦਾ ਜਿਹੜਾ ਦੁਈ ਇੰਡਸਟਰੀਆਂ ਦੀ ਤਾਕਤ ਦਿਆ ਕਰਦਾ ਹੈ ਜੀ ਹਾਂ ਇਹਨੇ ਦਿਨੇ ਵੀ ਆਰ ਟੂਰਿਜ਼ਮ ਮਤਾ ਲੋਕਪ੍ਰੀਆ ਕਰਤਾ ਹੈ ਤੁਸ ਵਰਚੁਅਲ ਟੂਰ ਦੇ ਰਹੇ ਆ ਅਜੰਤਾ ਦੀਆਂ ਗੁਫਾਵਾਂ ਵੀ ਦੇਖੀ ਸਕਦੇ ਹੋ ਕੁੰਾਰਕ ਮੰਦਰਾਂ ਦੇ ਕਾਰਡੀਓਰਸ ਟੈਲੀ ਸਕਦੇ ਹੋ ਜਾਂ ਫੀ ਵਾਰਾਨਸੀ ਦੇ ਕਾਟੇ ਦਾ ਨੰਦ ਲੈ ਸਕਦੇ ਹੋ ਇਹ ਸਭ ਹੈ ਵੀ ਆਰ ਐਨੀਮੇਸ਼ਨ ਭਾਰਤੀ ਕ੍ਰੀਏਟਰਸ ਨੇ ਤਿਆਰ ਕੀਤੇ ਨੇ ਵੀ ਆਰ ਦੇ ਰਹੇ ਇਹਨੇ ਥਾਰੇ ਕੀ ਦਿਖਣੇ ਦੇ ਬਾਅਦ ਕਈ ਲੋਕ ਅਸਲ ਚ ਇਹਨੇ ਸੈਲਸਫਾ ਥਾਰੇ ਦਾ ਦੌਰਾ ਕਰਨਾ ਚਾਹੁੰਦੇ ਨੇ ਯਾਨੀ ਟੂਰਿਸਟ ਡੈਸਟੀਨੇਸ਼ਨੇ ਦਾ ਵਰਚੁਅਲ ਟੂਰ ਲੋਕੇ ਦੇ ਮਨਾਂ 'ਚ ਜਿਗਿਆਸਾ ਪੈਦਾ ਕਰਨ ਦਾ ਜਰੀਆ ਬਣ ਗਿਆ ਹੈ ਅੱਜ ਇਸ ਖੇਤਰ 'ਚ ਐਨੀਮੇਟਰਸ ਦੇ ਕੰਨੇ ਗਏ ਸਟੋਰੀ ਟੈਲਰਸ ਲਖਾਰੀ ਵਾਇਸ ਓਵਰ ਦੇ ਮਾਹਿਰ ਸੰਗੀਤਕਾਰ ਗੇਮ ਡਿਵੈਲਪਰਸ ਵੀ ਆਰ ਤੇ ਏ ਆਰ ਦੇ ਮਾਹਿਰ ਦੀ ਵੀ ਮੰਗ ਲਗਾਤਾਰ ਵੱਧਦੀ ਜਾ ਕਰਦੀ ਹੈ ਇਸ ਕਰੀਏ ਮੈਂ ਭਾਰਤ ਦੇ ਨੌਜਵਾਨਾਂ ਦੀ ਆਖੰਗ ਆਪਣੀ ਰਚਨਾਤਮਕਤਾ ਦੀ ਵਿਸਤਾਰ ਦਿਓ ਕੀ ਪਤਾ ਦੁਨੀਆ ਦਾ ਅਗਲਾ ਸੁਪਰ ਹਿੱਟ ਐਨੀਮੇਸ਼ਨ ਤੁੰਦੇ ਕੰਪਿਊਟਰ ਥਾਂ ਮਾ ਨਿਕਲਾ ਹੈ। ਅਗਲਾ ਵਾਇਰਲ ਗੇਮ ਤੁੰਦੀ ਰਚਨਾ ਹੋ ਸਕਦੀ ਹੈ। ਐਜੂਕੇਸ਼ਨਲ ਐਨੀਮੇਸ਼ਨ ਵਿੱਚ ਤੁੰਦਾ ਇਨੋਵੇਸ਼ਨ ਵੱਡੀ ਕਾਮਯਾਬੀ ਹਾਸਲ ਕਰੀ ਸਕਦਾ ਹੈ। ਇਸ ਸੇ 28 ਅਕਤੂਬਰ ਦੀ, ਯਾਨੀ ਕੱਲ ਵਿਸ਼ਵ ਐਨੀਮੇਸ਼ਨ ਦਿਵਸ ਵੀ ਮਨਾਇਆ ਜਾਗ। ਆਓ ਅਸਪਾਰਧ ਦੀ વૈશ્વਿਕ ਐਨੀਮੇਸ਼ਨ ਪਾਵਰ ਹਾਊਸ ਬੁਣਾਉਣੇ ਦਾ ਸੰਕਲਪ ਲਚੇ। ਮੇਰੇ ਪਿਆਰੇ ਦੇਸ਼ ਵਾਸੀਓ, Swami Vivekananda ਨੇ ਇੱਕ ਬਾਰੀ ਕਾਮਯਾਬੀ ਦਾ ਮੰਤਰ ਦਿੱਤਾ ਹ। ਉਹਦਾ ਮੰਤਰ ਹਾ ਕੋਈ ਇੱਕ ਵਿਚਾਰ ਲਾਓ ਉਸ ਇੱਕ ਵਿਚਾਰ ਦੀ ਆਪਣੀ ਜ਼ਿੰਦਗੀ ਬਣਾਓ ਉਸੇ ਸੋਚੋ ਉਹਦਾ ਸੁਖਣਾ ਦੇਖੋ ਉਸੇ ਜੀਣਾ ਸ਼ੁਰੂ ਕਰੋ ਅੱਜ ਆਤਮ ਨਿਰਭਰ ਭਾਰਤ ਅਭਿਆਨ ਵੀ ਕਾਮਯਾਬੀ ਦੇ ਇਸੇ ਮੰਤਰ ਉੱਪਰ ਚੱਲਾ ਕਰਦਾ ਹੈ ਇਹ ਅਭਿਆਨ ਸਾਡੀ ਸਮੂਹਿਕ ਚੇਤਨਾ ਦਾ ਇਸਾ ਬਣ ਗਿਆ ਹੈ ਲਗਾਤਾਰ ਕਦਮ ਕਦਮ ਪਰ ਸਾਡੀ ਪ੍ਰੇਰਣਾ ਬਣ ਗਿਆ ਹੈ ਆਤਮ ਨਿਰਭਰਤਾ ਸਾਡੀ ਨੀਤੀ ਨਹੀਂ ਸਾਡਾ ਜਜ਼ਬਾ ਬਣ ਗਿਆ ਹੈ ਬੜੇ ਸਾਲ ਨਹੀਂ ਹੋਏ ਛੜੇ 10 ਬੜੇ ਪਹਿਲੇ ਦੀ ਗੱਲ ਹੈ ਤਦੋਂ ਜੇਕਰ ਕੋਈ ਆਗਦਾ ਹ ਜੇ ਕਿਸੇ ਜਟਿਲ ਤਕਨੀਕ ਦੀ ਭਾਰਤ ਅਚ ਵਿਕਸਿਤ ਕਰਨਾ ਤਾਂ ਕਈ ਲੋਕੀਂ ਕੀ ਵਿਸ਼ਵਾਸ ਨਹੀਂ ਹੁੰਦਾ ਹ ਤਾਂ ਕਈ ਮਖੌਲ ਤੋਂ ਆਂਦੇ ਹਨ ਪਰ ਅੱਜ ਉਹ ਲੋਕ ਦੇਸ਼ੈ ਦੀ ਕਾਮਯਾਬੀ ਕੀ ਦਿਖੀ ਹੈ ਅਹਾਂ ਢੀ ਚਲਾਉਂਦੇ ਨਾ ਆਤਮ ਨਿਰਭਰ ਹੋਆ ਕਰਦਾ ਭਾਰਤ ਹਰ ਖੇਤਰ ਚ ਕਮਾਲ ਕਰਾ ਕਰਦਾ ਹੈ ਤੋ ਸੋਚੋ ਇੱਕ ਜ਼ਮਾਨੇ 'ਚ ਮੋਬਾਈਲ ਫੋਨ ਆਯਾਤ ਕਰਨਿਆਲਾ ਭਾਰਤ ਅੱਜ ਦੁਨੀਆ ਦਾ ਦੁੱਵਾ ਸਬਨੇਸ਼ਾ ਵੱਡਾ ਫੋਨ ਤਿਆਰ ਕਰਨਿਆਲਾ ਬਣ ਗਿਆ ਹੈ ਕਦੇ ਦੁਨੀਆ 'ਚ ਸਬਨੇਸ਼ਾ ਮਤਾ ਰੱਖਸ਼ਾ ਉਪਕਰਣ ਖਰੀਦਨਿਆਲਾ ਭਾਰਤ ਅੱਜ 85 ਮੁਲਕਾਂ ਦੀ ਨਿਰਿਆਤ ਵੀ ਕਰਾ ਕਰਦਾ ਹੈ ਅੰਤਰਿਕਸ਼ਿਕ ਤਕਨੀਕ 'ਚ ਭਾਰਤ ਅੱਜ ਚੰ드ਰਮਾ ਦੇ ਤਕਨੀਤ੍ਰੋ ਵਪਾਰ ਪੂਜਣਿਆਲਾ ਪਹਿਲਾ ਮੁਲਕ ਬਣਿਆ ਹੈ ਤੇ ਇੱਕ ਗੱਲ ਤੇ ਮੀ ਸਬਨੇਸ਼ਾ ਮਤੀ ਖਰੀ ਲੱਗਦੀ ਹੈ ਏ ਹੈ ਜੇ ਆਤਮ ਨਿਰਭਰਤਾ ਦਾ ਇਹ ਅਭਿਆਨ ਊਨ ਛੜਾ ਸਰਕਾਰੀ ਅਭਿਆਨ ਨਹੀਂ ਹੈ ਊਨ ਆਤਮ ਨਿਰਭਰ ਭਾਰਤ ਅਭਿਆਨ ਇੱਕ ਜਨ ਅਭਿਆਨ ਬਨਾ ਕਰਦਾ ਹੈ ਹਰ ਖੇਤਰ ਚ ਉਪਲਬਧੀਆਂ ਹਾਸਲ ਕਰਾ ਕਰਦੇ ਨੇ ਜੀ ਹਾਂ ਇਸ ਸੈਮੀ ਨੇ ਲਦਾਖ ਦੇ ਹਾਨਲੇ ਚ ਅਸੀਂ ਏਸ਼ੀਆ ਦੀ ਸਭਨੇਸ਼ਾ ਵੱਡੀ ਇਮੇਜਿੰਗ ਟੈਲੀਸਕੋਪ ਮੇਸ ਦਾ ਵੀ ਉਦਘਾਟਨ ਕੀਤਾ ਹੈ ਇਹ 4300 ਮੀਟਰ ਦੀ ਉਚਾਈ ਪਰ ਸਥਿਤ ਹੈ ਜਾਣਦਿਓ ਇਹਦੀ ਵੀ ਖਾਸ ਗੱਲ ਕੀ ਹੈ ਇਹ ਮੇਡ ਇਨ ਇੰਡੀਆ ਹੈ ਸੋਚੋ ਜਿਹੜੀ ਥਾਰਾ ਪਰ -3 ਡਿਗਰੀ ਦੀ ਠੰਡ ਪਾਉਂਦੀ ਹੋਇ ਜਿੱਥੇ ਆਕਸੀਜਨ ਤਾਂ ਕਰਦੀ ਕਮੀ ਹੋਇ ਉਥੇ ਸਾਡੇ ਸਾਇੰਸਦਾਨ ਨੇ ਤੇ ਮਕਾਮੀ ਉਦਯੋਗ ਨੇ ਓਕੜਾ ਕਮਾਲ ਕਰੀ ਦੱਸਿਆ ਜਿਹੜਾ ਏਸ਼ੀਆ ਦੇ ਕੋਸੇ ਮੁਲਕਾਂ ਨੇ ਨਹੀਂ ਕੀਤਾ ਹਾਨਲੇ ਦਾ ਟੈਲੀਸਕੋਪ ਬਾਹਵੇਂ ਕੇ ਦੂਰ ਦੀ ਦੁਨੀਆ ਦਿਖਾ ਕਰਦਾ ਉਹ ਹੈ ਪਰ ਇਹ ਅਸੀਂ ਕਿ ਇੱਕ ਚੀਜ਼ ਹੋਰ ਵੀ ਦੱਸਾ ਕਰਦਾ ਹੈ ਤੇ ਇਹ ਚੀਜ਼ ਹੈ ਆਤਮ ਨਿਰਭਰ ਭਾਰਤ ਦੀ ਸਮਰਥ ਸਾਥੀਓ ਮੈਂ ਚਾਹਨਾ ਤੁਸੀਂ ਵੀ ਇੱਕ ਕੰਮ ਪੱਕ ਕੇ ਕਰੋ ਆਤਮ ਨਿਰਭਰ ਹੁੰਦੇ ਭਾਰਤ ਦੀ ਮਤੀਸ਼ਾ ਮਤੀ ਮਿਸਾਲਾਂ ਨੇ ਜਤਨੇ ਕੀ ਸਾਂਝਾ ਕਰੋ ਤੁਸੀਂ ਆਪਣੇ ਗਵਾਂਡ ਚ ਕਿਹੜਾ ਨਵਾਂ ਇਨੋਵੇਸ਼ਨ ਦੇਖਿਆ ਕਿਹੜੇ ਮਕਾਮੀ ਸਟਾਰਟਅਪ ਨੇ ਤੁੰਦੇ ਪਰ ਮਤੀ ਛਾਪ ਛੋੜੀ #ਆਤਮਨਿਰਭਰਇਨੋਵੇਸ਼ਨ ਦੇ ਕੰਨੇ ਸੋਸ਼ਲ ਮੀਡੀਆ ਪਰ ਇਹ ਜਾਣਕਾਰੀਆਂ ਲਿਖੋ ਤੇ ਆਤਮਨਿਰਭਰ ਭਾਰਤ ਦਾ ਉਤਸਵ ਮਨਾਓ ਯਾਰ ਦੀ ਇਸ ਰੋਟੇਚ ਇਸ ਤਿਸ ਸਭਾ ਆਤਮ ਨਿਰਭਰਤਾ ਦੇ ਇਸ ਅਭਿਆਨ ਦੀ ਹੋਰ ਮਜ਼ਬੂਤ ਕਰਨਿਆ ਅਸ ਵੋਕਲ ਫਾਰ ਲੋਕਲ ਦੇ ਮੰਤਰ ਤੇ ਕੰਨਿਆ ਆਪਣੀ ਖਰੀਦਾਰੀ ਕਰਨਿਆ ਇਹ ਨਵਾਂ ਭਾਰਤ ਹੈ ਜਿੱਥੇ ਨਾ ਮੁਮਕਿਨ ਛੜੀ ਇੱਕ ਚੁਣੌਤੀ ਹੈ ਜਿੱਥੇ ਮੇਕ ਇਨ ਇੰਡੀਆ ਉਹਨ ਮੇਕ ਫਾਰ ਦਾ ਵਰਲਡ ਬਣ ਗਿਆ ਹੈ ਜਿੱਥੇ ਹਰ ਵਸਨੀਕ ਇਨੋਵੇਟਰ ਹੈ ਜਿੱਥੇ ਹਰ ਚੁਣੌਤੀ ਇੱਕ ਮੌਕਾ ਹੈ असे ना छड़ा भारत की आत्मनिर्भर बनाना है सगुआ अपने देश की इनोवेशन दे वैश्विक गढ़ के रूप में मजबूत भी करना है मेरे प्यारे देशवासियों मैं तुसें की एक ऑडियो सुनाना हेलो सर नमस्ते सर। नमस्ते। सर बोलिए सर। देखिए जो आपने एफ आई आर नंबर है इस नंबर के नंबर यूज कर रहे हैं मैंने नहीं यूज करता सर अभी कहाँ से बात कर रहे हो सर कर्नाटक का सर वो मगर में हो सर ओके इसके लिए आप अपने में रिकॉर्ड कराइए ताकि नंबर ब्लॉक कर दिया जाए फ्यूचर में आपको कोई प्रॉब्लम ना हो ओके यस सर अभी मैं आपको कनेक्ट कर ये रहा होके आपका इन्वेस्टिगेशन ऑफिसर है आप अपनी स्टेटमेंट रिकॉर्ड कराइए ताकि नंबर ब्लॉक कर दिया जाए ओके यस सर, सर अगर मुझे बताइएगा मैं किसके साथ बात कर रहा हूँ अपना आधार कार्ड मुझे शो कीजिएगा वेरीफाई करने के लिए बताइएगा सर मेरे पास अभी नए है सर आधार कार्ड सर प्लीज सर फोन आपके फोन में है नहीं सर फोन में आधार कार्ड की पिक्चर नहीं है आपके पास नहीं है सर नंबर याद है आपको सर 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 नहीं नहीं है है नंबर भी याद हमने सर वेरीफाई करना है ओके वेरीफाई करने के लिए नहीं सर आप डरिए <Another ass52> ना डरिए ना अगर आपने कुछ नहीं किया तो आप डरिए ना हाँ, सर, हाँ सर। आपके पास आधार कार्ड है तो मुझे दिखा दीजिए वेरीफाई करना नहीं सर नहीं सर मैं गाँव का है सर घर में है सर ओके आई कमिंग सर कमिंग जय हिंद इस व्यक्ति की वन साइड वीडियो का रिकॉर्ड करो एस पर द प्रोटोकॉल ओके ये ऑडियो छड़ा जानकारी अस्थाई नहीं है ये कोई मनोरंजन वाला ऑडियो नहीं है एक गहरी चिंता की लिए ऑडियो आया है तुझे उने जेडी गलब बात सुनी वो डिजिटल अरेस्ट दी तो खातरी दी है एक गलब बात ਇੱਕ ਪੀੜਿਤ ਤੇ ਤੂ ਖਤਰੇ ਕਰਨ ਵਾਲੇ ਦੇ ਦਰਮਿਆਨ ਉਹੀ ਰਹੀ ਹੈ ਡਿਜੀਟਲ ਅਰੈਸਟ ਦੇ ਫਰਾਡ 'ਚ ਫੋਨ ਕਰਨ ਵਾਲੇ ਕਦੇ ਪੁਲਿਸ ਕਦੇ ਸੀਬੀਆਈ ਕਦੇ ਨਾਰਕੋਟਿਕਸ ਕਦੇ ਆਰਬੀਆਈ ਐਸੇ ਪਾਤ ਪਾਤ ਦੇ ਲੈ ਬੁਲਾਈ ਹੈ ਬਣਾवटी ਅਧਿਕਾਰੀ ਬਣੀਏ ਗੱਲ ਕਰਦੇ ਨੇ ਤੇ ਬੜੇ ਵਿਸ਼ਵਾਸ ਤੇ ਕੰਨਾ ਕਰਦੇ ਨੇ ਮਿਗੀ ਮਨ ਕੀ ਬਾਤ ਦੇ ਬੜੇ ਸਾਰੇ ਸ਼੍ਰੋਤਾ ਹੈ ਆਖਿਆ ਜੀ ਇਹਦੀ ਚਰਚਾ ਪੱਕ ਕੇ ਕਰਨੀ ਲੋੜ ਚ ਦੀ ਆਓ ਮੈਂ ਤੁਹਾਨੂੰ ਦੱਸਣਾ ਇਹ ਫਰਾਡ ਕਰਨ ਵਾਲੀ ਗੈਂਗ ਕੰਮ ਕੀਆ ਕਰਦੀ ਹੈ ਇਹ ਖਤਰਨਾਕ ਖੇਡ ਕੇ ਹੈ ਤੁਸੀਂ ਵੀ ਸਮਝਣਾ ਬੜਾ ਜ਼ਰੂਰੀ ਹੈ ਉਹਨੇ ਵੀ ਸਮਝਣਾ ਉਹ ਨਾਗਾ ਜ਼ਰੂਰੀ ਹੈ ਪਹਿਲਾ ਦਾ ਤੁਹਾਡੀ ਨਿੱਜੀ ਜਾਣਕਾਰੀ ਉਹ ਸਭ ਐ ਜਟਾਈਏ ਰੱਖਦੇ ਨੇ ਤੋਂ ਪਿਛਲੇ ਮਹੀਨੇ ਗੋਆ ਗਏ ਦੇ ਹੈ ਨਾ ਤੁਹਾਡੀ ਧੀ ਦਿੱਲੀ ਚ ਪੜ੍ਹਦੀ ਹੈ ਹੈ ਨਾ ਉਹ ਤੁਹਾਡੇ ਬਾਰੇ ਚ ਇੰਨੀ ਜਾਣਕਾਰੀ ਜਟਾਈਏ ਰੱਖਦੇ ਨੇ ਜਿ ਤੁਸ ਅਹਾਂ ਦੇ ਹੀ ਜਾਗੇ ਹੋ ਦੂਗਾ ਦਾ ਦਰਿਆ ਦਾ ਮੋਲ ਪਤਾ ਕਰੋ ਵਰਦੀ ਸਰਕਾਰੀ ਦਫਤਰ ਦਾ ਸੈਟਅਪ ਕਾਨੂੰਨੀ ਧਾਰਾ ਉਹ ਤੁਸੀਂ ਕਿ ਇੰਨਾ ਡਰਾਈਵਿੰਗ ਹਨ ਫੋਨ ਪਰ ਗੱਲیں ਗੱਲیں ਚ ਤੁਸੀਂ ਸੋਚ ਵੀ ਨਹੀਂ ਸਕਕੇ ਤੇ ਫੀ ਉਹਦਾ ਤਰੀਆ ਦਾ ਸ਼ੁਰੂ ਹੁੰਦਾ ਹੈ ਤਰੀਆ ਦਾ ਸਮੇਂ ਦਾ ਦਬਾਅ ਉਹਨੇ ਫੈਸਲਾ ਕਰਨਾ ਹੋਗਾ ਨਹੀਂ ਕਰਗੇ ਤੇ ਤੁਸੀਂ ਗ੍ਰਿਫਤਾਰ ਕਰਨਾ ਪੋਗ ਇਹ ਲੋਕ ਪੀੜਿਤ ਪਰ ਇੰਨਾ ਮਨੋਵਿਗਿਆਨਿਕ ਦਬਾਅ ਬੜਾਈ ਦਿੰਦੇ ਨੇ ਜੀ ਉਹ ਸਹਿ ਨਹੀਂ ਜਾਂਦਾ ਡਿਜੀਟਲ ਅਰੈਸਟ ਦੇ ਸ਼ਿਕਾਰ ਹੋਣ ਵਾਲੇ ਚ ਹਰ ਵਰਗ ਹਰ ਉਮਰ ਦੇ ਲੋਕ ਨ ਲੋਕਾਂ ਡਰਿਆ ਦੀ ਵਜ੍ਹਾ ਕਰੀ ਆਪਣੀ ਮਿਹਨਤ ਕਨੇ ਕਮਾਏ ਦੇ ਲੱਖਾਂ ਰੁਪਏ ਮੁਹਾਵੇ ਦਿੱਤੇ ਨ ਕਦੇ ਵੀ ਤੁਸੀਂ ਕਿ ਇਸ ਚਾਲੀ ਦਾ ਕੋਈ ਕਾਲ ਆਏ ਤਾਂ ਤੁਸੇ ਡਰਨਾ ਨਹੀਂ ਹੈ ਤੁਸੀਂ ਕਿ ਪਤਾ ਹਣਾ ਲੋੜਛਦਾ ਜੇ ਕੋਈ ਵੀ ਜਾਂਚ ਏਜੰਸੀ ਫੋਨ ਕਾਲ ਜਾਂ ਵੀਡੀਓ ਕਾਲ ਪਰ ਇਸ ਕਿਸਮ ਦੀ ਪੁੱਛਗੇ ਚ ਕਦੇ ਵੀ ਨਹੀਂ ਕਰਦੀ ਮੈਂ ਤੁਸੇ ਕਿ ਡਿਜੀਟਲ ਸੁਰੱਖਿਆ ਦੇ ਤਰੇ ਚਰਨ ਦੱਸਣਾ ਇਹ ਤਰੇ ਚਰਨ ਰੁਕੋ ਸੋਚੋ ਐਕਸ਼ਨ ਲਾਓ ਕਾਲ ਆਉਂਦੇ ਗਏ ਰੁਕੋ ਕਾਬਰੋ ਨੀ ਸ਼ਾਂਤ ਰਹੋ ਕਾਲੀ ਚ ਕੋਈ ਗੈਣਾ ਨੀ ਪੁੱਟੋ ਕੁਸੇਗੀ ਆਪਣੀ ਵਿਅਕਤੀਗਤ ਜਾਣਕਾਰੀ ਨਹੀਂ ਦਿਓ ਮੁਮਕਨ ਹੋਇਆ ਤਾਂ ਸਕਰੀਨ ਸ਼ਾਟ ਲਾਓ ਤੇ ਰਿਕਾਰਡਿੰਗ ਪੱਕਾ ਕਰੋ ਇਹਦੇ ਪ੍ਰੰਤ ਹੈ ਦੂਆ ਚਰਨ ਪਹਿਲਾ ਚਰਨ ਰੁਕੋ ਦੂਆ ਚਰਨ ਹੈ ਸੋਚੋ ਕੋਈ ਵੀ ਸਰਕਾਰੀ ਏਜੰਸੀ ਫੋਨ ਪਰ ਇੰਗਾਂ ਧਮਕੀ ਨਹੀਂ ਦਿੰਦੀ ਨਾਗੇ ਵੀਡੀਓ ਕਾਲ ਪਰ ਪੁੱਛਗਿੱਛ ਕਰਦੀ ਹੈ ਨਾਗੇ ਇਆਂ ਪੈਸੇ ਦੀ ਮੰਗ ਕਰਦੀ ਹੈ ਜੇਕਰ ਡਰ ਲੱਗਾ ਤਾਂ ਸਮਝੋ ਕਿਛ ਗੜਬੜ ਹੈ ਤੇ ਪਹਿਲਾ ਚਰਨ ਦੂਆ ਚਰਨ ਤੇ ਉਨ ਮੇ ਦਸਨਾ ਤ੍ਰਿਆ ਚਰਨ ਪਹਿਲੇ ਚਰਨ ਚ ਮੈਂ ਆਖਿਆ ਰੁਕੋ ਦੂਗੇ ਚਰਨ ਚ ਮੈਂ ਆਖਿਆ ਸੋਚੋ ਤੇ ਤ੍ਰਿਆ ਚਰਨ ਆਖਦਾ ਐਕਸ਼ਨ ਲਾਓ ਰਾਸ਼ਟਰੀ ਸਾਈਬਰ ਹੈਲਪਲਾਈਨ 1930 ਡਾਇਲ ਕਰੋ cybercrime.gov.in ਪਰ ਰਿਪੋਰਟ ਕਰੋ ਪਰਿਵਾਰ ते पुलिस की सूचित करो सबूत सुरक्षित रखो रुको बाद सोचो ते फी एक्शन लाओ ये त्रै चरण तुर् डिजिटल सुरक्षा का रक्षक बनगन साथियों मैं फिर आख डिजिटल अरेस्ट जनेी कोई व्यवस्था कानून च नहीं है ये छड़ा फ्रॉड है फरेब है झूठ है बदमाशें का गिरोह है जो लोग ऐसा करा करते न, वो समाज के दुश्मन डिजिटल अरेस्ट के ना पर फरेब चला कर ਉਦੋਂ ਨੇ ਨਿਭਣਿਆ ਹਸਤਾ ਸੱਬੇ ਜਾਂਚ ਏਜੰਸੀਆਂ ਰਾਜ ਸਰਕਾਰੇ ਦੇ ਕੰਨੇ ਮਿਲੀ ਹੈ ਕੰਮ ਕਰਾ ਕਰਦੀਆਂ ਨੇ ਇਹਨੇ ਏਜੰਸੀਆਂ ਚ ਤਾਲਵੀਰ ਬਣਾਉਣ ਹਸਤਾ ਨੈਸ਼ਨਲ ਸਾਈਬਰ ਕੋਆਰਡੀਨੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਏਜੰਸੀਆਂ ਦੀ ਤਰਫਾ ਐਸੇ ਫਰਾਡ ਕਰਨਿਆਲੀ ਜਾਰਾਬਦੀ ਵੀਡੀਓ ਕਾਲਿੰਗ ਆਈਡੀ ਗੀ ਬਲੌਕ ਕੀਤਾ ਗਿਆ ਹੈ ਲੱਖਾਂ ਬੱਦੇ SIM ਕਾਰਡ ਮੋਬਾਈਲ ਫੋਨ ਤੇ ਬੈਂਕ ਖਾਤੇ ਗੀ ਬਲੌਕ ਕੀਤਾ ਗਿਆ ਹੈ ਏਜੰਸੀਆਂ ਆਪਣਾ ਕੰਮ ਕਰਾ ਕਰਦੀਆਂ ਨੇ ਪਰ डिजिटल अरेस्ट ਦੇ ਨਾਂ ਪਰ ਉਹ ਆਕਰ ਦੀ ਇਸ ਤੋਂ ਖਾਤਰੀ ਥਾਮਾ ਬਚਨੇ ਲਈ ਬੜਾ ਜ਼ਰੂਰੀ ਹੈ ਹਰ ਕੁਸੇ ਦੀ ਜਾਗਰੂਕਤਾ ਹਰ ਨਾਗਰਿਕ ਦੀ ਜਾਗਰੂਕਤਾ ਜਿਹੜੇ ਲੋਕ ਵੀ ਇਸ ਚਾਲੀ ਦੇ ਸਾਈਬਰ ਫਰਾਡ ਦਾ ਸ਼ਿਕਾਰ ਹੁੰਦੇ ਨੇ ਉਹਨੇ ਕੀ ਮਤੇਸ਼ਾ ਮਤੇ ਲੋਕੀਂ ਕੀ ਇਹਦੇ ਬਾਰੇ ਚ ਦੱਸਣਾ ਲੋੜ ਚਦਾ ਤੁਸੀਂ ਜਾਗਰੂਕਤਾ ਲਈ #SafeDigitalIndia ਦਾ ਇਸਤੇਮਾਲ ਕਰੀ ਸਕਦੇ ਹੋ ਮੈਂ ਸਕੂਲ ਨੇ ਤੇ ਕਾਲਜਿੰਗ ਵੀ ਆਖੰ ਜੇ ਸਾਈਬਰ ਸਕੈਮ ਦੇ ਖਿਲਾਫ ਮਹਿੰਮ ਚ ਵਿਦਿਆਰਥੀ ਕੀ ਬਿਚੋੜੋ ਸਮਾਜਿਕ ਸੁਪਨੇ ਤੇ ਜਤਨੇ ਕਰਨੇ ਕਿ ਅਸ ਇਕੜੀ ਚੁਣੌਤੀ ਦਾ ਮੁਕਾਬਲਾ ਕਰੀ ਸਕਨੇ ਆ ਮੇਰੇ ਪਿਆਰੇ ਦੇਸ਼ ਵਾਸੀਓ ਸਾਡੇ ਬੜੇ-ਸਾਰੇ ਸਕੂਲੀ ਬੱਚੇ ਕੈਲੀਗ੍ਰਾਫੀ ਯਾਨੀ ਸੁਲੇਖ ਚ ਮਤੀ ਦਿਲਚਸਪੀ ਰੱਖਦੇ ਨੇ ਇਹਦਾ ਰਾਏ ਸਾਡੀ ਲਿਖਾਵਟ ਸਾਫ ਖੂਬਸੂਰਤ ਤੇ ਆਕਰਸ਼ਕ ਬਣੀਦੀ ਰਹਿੰਦੀ ਹੈ ਅੱਜ ਜੰਮੂ ਕਸ਼ਮੀਰ ਚ ਇਹਦਾ ਇਸਤੇਮਾਲ ਮਕਾਮੀ ਸੰਸਕ੍ਰਿਤੀ ਕੀ ਲੋਕਪ੍ਰੀਆ ਬਣਾਉਣ ਲਈ ਕੀਤਾ ਜਾ ਕਰਦਾ ਹੈ ਇਥੇ ਦੇ ਅਨੰਤ ਨਾਗ ਦੀ ਫਿਰਦੌਸਾ ਬਸ਼ੀਰ ਜੀ ਹੋ ਰਹੀਗੀ ਕੈਲੀਗ੍ਰਾਫੀ ਚ ਮਹਾਰਤਾ ਸਲੇ ਇਹ ਦਰ ਹੈ ਉਹ ਮਕਾਮੀ ਸੰਸਕ੍ਰਿਤੀ ਦੇ ਕਈ ਪਹਿਲੂ ਗੀ ਸਾਹਮਣੇ ਆਣਾ ਕਰਦੀਆਂ ਨਾ ਫਿਰਦੌਸਾ ਜੀ ਹੁੰਦੀ ਕੈਲੀਗ੍ਰਾਫੀ ਨੇ ਮਕਾਮੀ ਲੋਕਾਂ ਖਾਸ ਕਰਕੇ ਯੁਵਾਆਂ ਗੀ ਆਪਣੀ ਬਖੀ ਆਕਰਸ਼ਿਤ ਕੀਤਾ ਹੈ ਨਿਆਗ ਇੱਕ ਯਤਨ ਉਦਮਪੁਰ ਦੇ ਗੋਰੀਨਾਥ ਜੀ ਵੀ ਕਰਾ ਕਰਦੇ ਨੇ ਇੱਕ ਸਰੀਥਾਵਾ ਵੀ ਪੁਰਾਣੀ ਸਰੰਗੀ ਦੇ ਰਾਏ ਉਹ ਡੋਗਰਾ ਸੰਸਕ੍ਰਿਤੀ ਤੇ ਵਿਰਾਸਤ ਦੇ ਬਖ ਬਖ ਰੂਪੇਗੀ ਸਹਿਜ ਨੇਤੀ ਜੁਟੇ ਦਿਨ ਸਰੰਗੀ ਦੀਏ ਤੁਨੇ ਦੇ ਕੰਨ ਹੈ ਉਹ ਆਪਣੀ ਸੰਸਕ੍ਰਿਤੀ ਕੰਨ ਜੁੜੀ ਦੀ ਪ੍ਰਾਚੀਨ ਕਹਾਣੀਆਂ ਤੇ ਇਤਿਹਾਸਿਕ ਘਟਨਾਆਂ ਦੀ دلچਸਪ ਤਰੀਕੇ ਕੰਨ ਦੱਸ ਦਿਨ ਦੇਸ਼ਾ ਦੇ ਬਖ ਬਖ ਇਸ ਵਿੱਚ ਵੀ ਤੁਸੀਂ ਕੀ ਨਏ ਕਈ ਅਸਾਧਾਰਨ ਲੋਕ ਮਿਲੀ ਜਾਗਣ ਜਿਹੜੇ ਸਾਂਸਕ੍ਰਿਤਿਕ ਵਿਰਾਸਤ ਦੇ ਸੁਰੱਖਣ ਲਈ ਅੱਗੇ ਆਇਣ ਦੀ ਵੈਕੁੰਠਮ ਕਰੀਬ 500 ਬਰੇ ਸਵਾ ਚੇਰੀਆਲ ਫੋਕ ਆਰਟ ਦੀ ਲੋਕਪ੍ਰੀਯ ਬਣਾਣੇ ਜੁਟੇ ਦਿਨ ਤੇਲੰਗਾਨਾ ਕਨੇ ਜੁੜੀਦੀ ਇਸ ਕਲਾ ਕੀ ਅੱਗੇ ਵਧਾਣੇ ਦਾ ਉਹਦਾ ਯਤਨ ਅਨੋਖਾ ਹੈ ਚੇਰੀਆਲ ਪੇਂਟਿੰਗਸ ਕੀ ਤਿਆਰ ਕਰਨੇ ਦੀ ਪ੍ਰਕਿਰਿਆ ਬੜੀ ਗੈ ਅਨੋਖੀ ਹੈ ਇੱਕ ਸਕਰੋਲ ਦੇ ਸਰੂਪ ਚ ਕਹਾਣੀਆਂ ਕੀ ਸਾਹਮਣੇ ਆਂਦੀ ਹੈ ਇਹਦੇ ਚ ਸਾਡੇ ਇਤਿਹਾਸ ਤੇ ਪੁਰਾਣੇ ਕਥਾਏ ਦੀ ਪੂਰੀ ਝਲਕ ਮਿਲਦੀ ਹੈ ਛਤੀਸਗੜ੍ਹ ਚ ਨਾਰਾਇਣਪੁਰ ਦੇ ਬੁਟਲੂਰਾ ਮਾਥਰਾ ਜੀ ਅਭੂ ਜਮਾੜੀਆ ਜਨਜਾਤੀ ਦੀ ਲੋਕ ਕਲਾ ਗੀ ਸਖਸ਼ਿਤ ਕਰਨੇ ਜੁਟੇ ਦਿਨ ਪਿਛਲੇ 14 ਕਿਥਵਾ ਉਹ ਆਪਣੇ ਇਸ ਮਿਸ਼ਨ ਚ ਲੱਗੇ ਦਿਨ ਉੰਦੀ ਇਹ ਕਲਾ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਸਵਚ ਪਾਰਜ ਨੇ ਅਭਿਆਨ ਕਰਨਾ ਲੋਕਾਂ ਕੀ ਜੋੜਨੇ ਚ ਵੀ ਬੜੀ ਕਾਰਗਰ ਰਹੀ ਹੈ ਸਾਥੀਓ ਉਹ ਇਸ ਗੱਲ ਕਰਾ ਕਰਦੇ ਹੈ ਕਿਆਂ ਕਸ਼ਮੀਰ ਦੀ ਵਾਦੀਆਂ ਥਾਂ ਲਈ ਹੈ ਛਤਿਸਗੜ ਦੇ ਜੰਗਲੇ ਤੱਕ ਸਾਡੀ ਕਲਾ ਤੇ ਸੰਸਕ੍ਰਿਤੀ ਨਵੇਂ ਨਵੇਂ ਰੰਗ ਬਖੇਰਾ ਕਰਦੀ ਹੈ ਪਰ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ ਸਾੜੀ ਇਨੇ ਕਲਾਈਆਂ ਦੀ ਖੁਸ਼ਬੂ ਦੂਰੈ ਦੂਰੈ ਤੱਕ ਫੈਲਾ ਕਰਦੀ ਹੈ ਦੁਨੀਆ ਦੇ ਬਖ ਬਖ ਦੇਸ਼ੇ ਚ ਲੋਕ ਪਾਰਤੀ ਕਲਾ ਤੇ ਸੰਸਕ੍ਰਿਤੀ თਮਾ ਮੰਤਰ ਮੁਗਦਵਾ ਕਰਦੇ ਨੇ ਜੇਲੇ ਮੈਂ ਤੁਸੇਂਗੀ ਉਦੋਂਪੁਰ ਚ ਗੂੰਜਦੀ ਸਰੰਗੀ ਦੀ ਗੱਲ ਦੱਸਾ ਕਰਤਾ ਹ ਤਦੋਂ ਮੇਂ ਕਿ ਚੇਤਾ ਆਇਆ ਜੇ ਕਿਨਾਂ ਜਾਰਾ ਮੀਲ ਦੂਰ ਰੂਸ ਦੇ ਸ਼ਹਿਰ ਯਾਕੁਤਸਕ ਵੀ ਪਾਰਤੀ ਕਲਾ ਦੀ ਮਧੁਰ ਤੁੰ ਗੂੰਜਾ ਕਰਦੀ ਹੈ ਕਲਪਨਾ ਕਰੋ ਸਰਦੀ ਦਾ ਇੱਕ ਅਦਾ ਦਿਨ ਮਨਫੀ 5 ਡਿਗਰੀ ਤਾਪਮਾਨ ਚਬਕ ਹੈ برف ਦੀ ਚਿੱਟੀ ਚਾਦਰ ਤੇ ਉਥੇ ਇੱਕ ਥੀਏਟਰ ਚ ਦਰਸ਼ਕ ਮੰਤਰ ਮੁਗਧ ਹੋਏ ਦਿਖਾ ਕਰਦੇ ਨੇ ਕਾਲੀਦਾਸ ਹੁੰਦੀ ਅਭਿਗਿਆਨ ਸ਼ਕੁੰਤਲਮ ਕੀ ਆਤੂ ਸੋਚੀ ਸਕਦੇ ਹੋ ਦੁਨੀਆ ਦੇ ਸਭਨੇ ਸਾ ਠੰਡੇ ਸ਼ਹਿਰ ਯਾਕੁਤਕ ਚ ਪਾਰ ਦੀ ਸਾਹਿਤਿਏ ਦੀ ਗਰਮ ਜੋਸ਼ੀ ਇਹ ਕਲਪਨਾ ਨਹੀਂ ਸੱਚ ਹੈ ਅਸੀਂ ਸਭਨੇ ਦੀ ਗਰਵ ਤੇ ਨੰਦਕਨ ਹੈ ਪਰ ਦਿਨੇ ਵਾਲਾ ਸੱਚ ਸਾਥੀਓ ਕਿਸ ਹਫਤੇ ਪਹਿਲੇ ਮੈਂ ਲਾਉ ਵੀ ਗਿਆ ਹਾਂ ਉਹ ਨਰਾਤਿਆਂ ਦਾ ਸਮੇਂ ਹਾਂ ਤੇ ਉੱਥੇ ਮੈਂ ਕੁਝ ਅਨੋਖਾ ਦੇਖਿਆ ਮਕਾਮੀ ਕਲਾਕਾਰ ਫਲਕ ਫਲਮ ਪ੍ਰਸਤੁਤ ਕਰਾ ਕਰਦੇ ਹਨ ਲਾਉ ਦੀ ਰਮਾਇਣ ਉੰਦੀ ਅੱਖੀਂ ਚ ਉਗਿਆ ਭਗਤੀ ਉੰਦੇ ਸੁਰ ਚ ਉਗਿਆ ਸਮਰਪਣ ਜਿਹੜਾ ਰਮਾਇਣ ਦੇ ਪ੍ਰਤੀ ਸਾੜੇ ਮਣਿਆ ਚ ਹੈ ਇਸੇ ਚਾਲੀ ਕੁਵੈਤ ਚ ਸ਼੍ਰੀ ਅਬਦੁੱਲਾ ਅਲ ਬਾਰੂਨੋ ਨੇ ਰਮਾਇਣ ਤੇ ਮਹਾਪਾਦ ਦਾ ਅਰਬੀ ਵਿਚ ਅਨੁਵਾਦ ਕੀਤਾ ਇਹ ਕੰਮ ਛੜਾ ਅਨੁਵਾਦ ਨਹੀਂ ਸਭੂਆਂ ਦੋ ਮਹਾਨ ਸੰਸਕ੍ਰਿਤਿਵਿਸ਼ਕਾਰ ਇੱਕ ਪੁਲ ਹੈ ਉਹਦਾ ਯਤਨ ਅਰਬ ਜਗਤ ਚ ਭਾਰਤੀ ਸਾਹਿਤਿਅ ਦੀ ਨਵੀਂ ਸਮਝ ਵਿਕਸਿਤ ਕਰਾ ਕਰਦਾ ਹੈ ਪੇਰੂ ਥਮਾ ਇੱਕ ਹੋਰ ਪ੍ਰੇਰਨਾਦਾਇਕ ਮਿਸਾਲ ਹੈ ਐਰਲਿੰਦਾ ਗਾਰਸਿਆ ਉਥੋਂ ਦੇ ਨੌਜਵਾਨੇਂ ਕੀ ਭਰਤਨਾਟਿਮ ਸਿਖਾ ਕਰਦੀਆਂ ਤੇ ਮਾਰੀਆ ਵਾਲਦੇਸ ਓਡੀਸੀ ਨਾਚ ਦੀ ਸਿਖਲਾਈ ਦਿਆ ਕਰਦੀਆਂ ਇਹਨੇ ਇਕਲਾਈ ਥਮਾ ਪ੍ਰਭਾਵਿਤ ਹੋਇਆ ਦੱਖਣ ਅਮਰੀਕਾ ਦੇ ਕਈ ਮੂਲਖੇ ਚ ਪਾਰਤੀ ਸ਼ਾਸਤਰੀ ਨਾਚ ਦੀ ਤੁਮ ਮਚੀ ਦੀ ਹੈ ਸਾਥੀਓ ਵਿਦੇਸ਼ੀ ਤਰ ਤੈ ਪਰ ਭਾਰਤ ਦੀਆਂ ਇਹ ਮਿਸਾਲਾਂ ਦਰਸ਼ਾਉਂਦੀਆਂ ਨੇ ਜੇ ਪਾਰਤੀ ਸੰਸਕ੍ਰਿਤੀ ਦੀ ਸ਼ਕਤੀ ਕਿੰਨੀ ਅਦਭੁਤ ਹੈ ਇਹ ਲਗਾਤਾਰ ਦੁਨੀਆ ਕੀ ਆਪਣੀ ਬਖੀ ਆਕਰਸ਼ਿਤ ਕਰਾ ਕਰਦੀ ਹੈ ਜਿੱਥੇ ਜਿੱਥੇ ਕਲਾ ਹੈ ਉੱਥੇ-ਉੱਥੇ ਭਾਰਤ ਹੈ ਜਿੱਥੇ ਜਿੱਥੇ ਸੰਸਕ੍ਰਿਤੀ ਹੈ ਉੱਥੇ-ਉੱਥੇ ਭਾਰਤ ਹੈ ਅੱਜ ਦੁਨੀਆ ਪਰ ਦੇ ਲੋਕ ਭਾਰਤ ਕੀ ਜਾਨਣਾ ਚਾਹੁੰਦੇ ਨੇ ਭਾਰਤ ਦੇ ਲੋਕੀਂ ਕੀ ਜਾਨਣਾ ਚਾਹੁੰਦੇ ਨੇ ਇਸ ਕਰੀਏ ਤੁੰਦੇ ਸਭਨੇ ਸਾ ਇੱਕ ਗੁਜ਼ਾਰਿਸ਼ ਵੀ ਹੈ ਆਪਣੇ ਆਲੇ ਦੁਆਲੇ ਐਸੀ ਸਾਂਸਕ੍ਰਿਤਿਕ ਪਹਿਲ ਕੀ #ਕਲਚਰਬ੍ਰਿਜਸ ਦੇ ਕਨੇ ਸਾਂਝਾ ਕਰੋ ਮਨ ਕੀ ਬਾਤ ਚ ਅਸ ਐਸੀ ਮਸਾਲੇ ਪਰ ਅੱਗੇ ਵੀ ਚਰਚਾ ਕਰਕੇ ਮੇਰੇ ਪਿਆਰੇ ਦੇਸ਼ਵਾਸੀਓ ਦੇਸ਼ਾ ਦੇ ਵੱਡੇ ਹਿੱਸੇ ਚ ਠੰਡੂ ਦੀ ਰੁੱਤ ਸ਼ੁਰੂ ਹੋ ਹੀ ਗਈ ਹੈ ਪਰ ਫਿਟਨੈਸ ਦਾ ਜਜ਼ਬਾ ਫਿਟ ਇੰਡੀਆ ਦੀ ਭਾਵਨਾ ਇਸੀ ਕੁਸਾ ਵੀ ਮੌਸਮ ਕਨੇ ਫਰਕ ਨਹੀਂ ਪਾਉਂਦਾ ਜਿਸੇ ਫਿਟ ਰਹਿਣ ਦੀ ਆਦਤ ਹੁੰਦੀ ਹੈ ਉਸਿਆਲਾ ਸੂਆ ਬਰਸਾਤ ਕਿਛਵੀ ਨਹੀਂ ਦਿਖਦਾ ਮੀਗੀ ਖੁਸ਼ੀ ਹੈ ਜੇ ਭਾਰਤ ਚ ਉਹ ਲੋਕ ਫਿਟਨੈਸ ਕਿ ਲਈ ਹੈ ਬੜੇ ਮਤੇ ਜਾਗਰਕੂਆ ਕਰਦੇ ਨੇ ਤੁਸੀਂ ਵੀ ਦਿਖਾ ਕਰਦੇ ਹੋਗੇ ਜੇ ਤੁੰਦੇ ਆਲੇ ਦੁਆਲੇ ਦੇ ਪਾਰਕਿੰਚ ਲੋਕੇ ਦੀ ਗਿਣਤੀ ਵਧਾ ਕਰਦੀ ਹੈ ਪਾਰਕ ਚ ਟੈਲ ਦੇ ਬਜ਼ੁਰਗੇ ਨੌਜਵਾਨੇ ਤੇ ਯੋਗ ਕਰਦੇ ਪਰਿਵਾਰਿਕ ਦਿਖੀ ਹੈ ਮੀਗੀ ਖਾਰਾ ਲੱਗਦਾ ਹੈ ਮੀਗੀ ਚੇਤਾ ਹੈ ਜਿਸ ਲਈ ਮੈਂ ਯੋਗ ਦਿਵਸ ਉਪਰ ਸ਼੍ਰੀਨਗਰ ਚਾਹ ਬਰਖਾ ਦੇ باوجود ਵੀ ਕਿੰਨੇ ਕੇ ਲੋਕ ਯੋਗ ਲਈ ਜੁਟੇ ਰਹੇ ਉਹਨਾਂ ਕਿਸ ਦਿਨ ਪਹਿਲਾਂ ਸ਼੍ਰੀਨਗਰ ਵਿੱਚ ਜਿਹੜੀ ਮੈਰਾਥਨ ਹੋਈ ਉਹਦੇ ਜਿਵੇਂ ਮਿਗੀ ਫਿਟ ਰੋਣੇ ਦਾ ਇਹ ਜੋਸ਼ ਨਜ਼ਰੀ ਆਇਆ ਫਿਟ ਇੰਡੀਆ ਦੀ ਇਹ ਭਾਵਨਾ ਹੁਣ ਇੱਕ ਜਨ ਅਭਿਆਨ ਬਣਾ ਕਰਤੀ ਹੈ ਸਾਥੀਓ ਮਿਗੀ ਇਹ ਦਿਖੀਆ ਵੀ ਖਰਾ ਲੱਗਦਾ ਹੈ ਜਿ ਸਾਡੇ ਸਕੂਲ ਬੱਚੇ ਦੀ ਫਿਟਨੈਸ ਪਰ ਉਹਨ ਔਰ ਮਤਾ ਧਿਆਨ ਦਿਆ ਕਰਦਨ ਫਿਟ ਇੰਡੀਆ ਸਕੂਲ ਆਵਰਸ ਵੀ ਇੱਕ ਅਨੋਖੀ ਪਹਿਲ ਹੈ ਸਕੂਲ ਆਪਣੇ ਪਹਿਲੇ ਪੀਰੀਅਡ ਦਾ ਇਸਤੇਮਾਲ ਬਕ ਬਕ ਫਿਟਨੈਸ ਗਤੀਵਿਧੀਆਂ ਲਈ ਕਰਾ ਕਰਦੇ ਨੇ ਕਿੰਨੇ ਕਾ ਸਕੂਲ ਇਹ ਚ ਕੁਝ ਦਿਨ ਬੱਚੇ ਕੀ ਯੋਗ ਕਰਵਾਇਆ ਜਾਂਦਾ ਹੈ ਕਦੇ ਕੁਝ ਦਿਨ ایرੋਬਿਕਸ ਦੇ ਸੈਟਰ ਹੁੰਦੇ ਨੇ ਤਾਂ ਇੱਕ ਦਿਨ ਖੇਡ ਦੇ ਕੋਸ਼ਲ ਉੱਪਰ ਕੰਮ ਕੀਤਾ ਜਾਂਦਾ ਹੈ ਕੁਝ ਦਿਨ ਖੋ ਖੋ ਤੇ ਕਬੱਡੀ ਜਿਹੀ ਪਰੰਪਰਿਕ ਖੇਡਾਂ ਖੜਾਈਆਂ ਜਾਂਦੀਆਂ ਤੇ ਇਹਦਾ ਅਸਰ ਵੀ ਬੜਾ ਸ਼ਾਨਦਾਰ ਹੈ ਆਜ ਇਹ ਖਰੀਆ ਕਰਦੀ ਹੈ ਬੱਚੇ ਦੀ ਇਕਾਗਰਤਾ ਵਧਾ ਕਰਦੀ ਹੈ बच्चे नंद भी आवा करता है। साथियों मैं वैल्नेस की यह ऊर्जा हर जगह देखा करना मन की बात के भी बड़े सारे श्रोताएं श्रोताए अपने अनुभव भेजे किश लोग ते बड़े दिलचस्प प्रयोग करा कर देन? जो एक मिसाल है फैमिली फिटनेस आवर की यानि एक परिवार हर हफ्ते अखीर च एक घंटा फैमिल फिटनेस एक्टिविटी लिए दिए कर ਇੱਕ ਹੋਰ ਮਿਸਾਲ ਦੇਸੀ ਖੇਡ ਵਿੱਚ ਨਵੀਂ ਜਾਨ ਪਰਨੇ ਦੀ ਹੈ ਯਾਨੀ ਕਿਸ਼ ਪਰਵਾਰ ਆਪਣੇ ਬੱਚੇਂ ਕੀ ਰਵਾਇਤੀ ਖੇਡਾਂ ਸਿਖਾ ਕਰ ਦੇਣ ਖੜਾ ਕਰ ਦੇਣ ਤੁਸੀਂ ਵੀ ਆਪਣੀ ਫਿਟਨੈਸ ਰੁਟੀਨ ਦੇ ਅਨੁਭਵ #ਫਿਟਇੰਡੀਆ ਦੇ ਨਾਂ ਸੋਸ਼ਲ ਮੀਡੀਆ ਪਰ ਪੱਕਾ ਕਾ ਸਾਂਝੇ ਕਰੋ ਮੈਂ ਦੇਸ਼ਾਂ ਦੇ ਲੋਕਾਂ ਕੀ ਇੱਕ ਜ਼ਰੂਰੀ ਜਾਣਕਾਰੀ ਵੀ ਦੇਣਾ ਚਾਹਨਾ ਇਸ ਬਾਰੀ 31 ਅਕਤੂਬਰ ਕੀ ਸਰਦਾਰ ਪਟੇਲ ਜੀ ਦੀ ਜਨਮਤੀ ਦੇ ਦਿਨ ਗੈ ਦਿਵਾਲੀ ਦਾ ਪਰਬ ਵੀ ਹੈ ਅਸ ਅਰਭਰ ਹੈ 31 ਅਕਤੂਬਰ ਦੀ ਰਾਸ਼ਟਰੀ ਇਕਤਾ ਦਿਵਸ ਪਰ ਰਨ ਫਾਰ ਯੂਨਿਟੀ ਦਾ ਆਯੋਜਨ ਕਰਨੇ ਆ। ਦਿਯਾਲੀ ਦੀ ਵਜ੍ਹਾ ਕਰੀ ਇਸ ਵਾਰੀ 29 ਅਕਤੂਬਰ ਯਾਨੀ ਮੰਗਲਵਾਰੇ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਜਾਗ। ਮੇਰੀ ਗੁਜ਼ਾਰਿਸ਼ ਹੈ ਮਤੀ ਕੁਲਾ ਮਤੀ ਗਿਣਤੀ ਚ ਇਹਦੇ ਚ ਇਸਲਾਓ। ਦੇਸ਼ਾਂ ਦੀ ਇਕਤਾ ਦੇ ਮੰਤਰ ਦੇ ਕੰਨੇ ਗਿਆ ਫਿਟਨੈਸ ਦੇ ਮੰਤਰ ਕੀ ਵੀ ਅਰਭਖੀ ਫਲਾਓ। ਮੇਰੇ ਪਿਆਰੇ ਦੇਸ਼ਵਾਸੀਓ ਮਨ ਕੀ ਬਾਤ ਚ ਇਸ ਵਾਰੀ ਇੰਨਾ ਗਾ ਤੁਸ ਆਪਣੀ ਪ੍ਰਤੀਕਿਰਿਆ ਪੱਕ ਗਏ ਭੇਜਦੇ ਰਹੋ ਇਹ ਤਿਆਰੇ ਦਾ ਸਮੇਂ ਹੈ ਮਨ ਕੀ ਬਾਤੇ ਸੁਣੋਤਾਏਗੀ ਹਨ ਤੇਰਸ ਦਿਯਾਲੀ ਛਟ ਪੂਜਾ ਗੁਰੂ ਨਾਨਕ ਜੰਮਤੀ ਤੇ ਸਭ ਨੇ ਪਰਵੇਦੀਆਂ ਮਤੀਆਂ ਮਤੀਆਂ ਸ਼ੁਭ ਕਾਮਨਾ ਤੋ ਸਭ ਹੈ ਪੂਰੇ ਜੋਸ਼ ਤੇ ਕਰਨੇ ਤਿਆਰ ਮਨਾਓ ਵੋਕਲ ਫॉर ਲੋਕਲ ਦਾ ਮੰਤਰ ਚੇਤਾ ਰੱਖੋ ਕੋਸ਼ਿਸ਼ ਕਰੋ ਇਹ ਤਿਆਰੇ ਦੇ ਦਰਾਂ ਤੁੰਦੇ ਘਰੇ ਚ ਮਕਾਮੀ ਦੁਕਾਨਦਾਰੇ ਥਾਂ ਖਰੀਦਿਆ ਗੇਦਾ ਸਮਿਆਨ ਪੱਕ ਗਿਆ ਵੇ ਇੱਕ ਬਾਰੀ ਫੀ ਤੁਸੇ ਸਭਨੇ ਕੀ ਔਨੀ ਵਾਲੇ ਪਰਵੇ ਦੀ ਮਤੀ ਮਤੀ ਬਧਾਈ ਧੰਨਵਾਦ